ਸਤਿ ਸ਼੍ਰੀ ਅਕਾਲ ਇੱਕ ਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਰਾਧਿਕਾ ਸ਼ਰਮਾ ਕਰਦੀ ਹਾਂ ਨਿੱਘਾ ਸਵਾਗਤ ਪਹਿਲਾਂ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਖੇੜੀ ਨੌਧ ਸਿੰਘ ਪਿੰਡ ਜਿਹੜਾ ਕਿ ਸਰਦੂਲ ਸਿਕੰਦਰ ਜੀ ਦਾ ਜੱਦੀ ਪੁਸ਼ਤੀ ਪਿੰਡ ਹੈ ਅੱਜ ਉੱਥੇ ਇੱਕ ਤਰ੍ਹਾਂ ਦਾ ਮੇਲਾ ਲੱਗਿਆ ਹੋਇਆ ਹੈ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਛੋਟੇ ਤੋਂ ਛੋਟੇ ਕਲਾਕਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਕਲਾਕਾਰ ਇੱਥੇ ਪਹੁੰਚ ਕੇ ਸਾਹਮਣੇ ਕਬਰ ਪੁੱਟੀ ਗਈ ਹੈ ਜਿੱਥੇ ਕਿ ਸਰਦੂਲ ਸਿਕੰਦਰ ਜੀ ਸੁਰਾਂ ਦੇ ਬਾਦਸ਼ਾਹ ਜੀ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ ਵੇਖ ਸਕਦੇ ਹੋ ਜੀ ਸਾਹਮਣੇ ਉੱਥੇ ਕਬਰ ਹੈ ਕਬਰ ਦੇ ਕੋਲ ਲੇਡੀਜ਼ ਦੀ ਜਾਣ ਦੀ ਮਨਾਹੀ ਹੁੰਦੀ ਹੈ ਲੇਡੀਜ਼ ਉੱਥੇ ਨਹੀਂ ਜਾ ਸਕਦੀਆਂ ਇਹਨਾਂ ਦੇ ਧਰਮ ਦੇ ਅਕੋਰਡਿੰਗ ਉੱਥੇ ਮਨਾਹੀ ਹੈ ਲੇਡੀਜ਼ ਨੂੰ ਜਾਣ ਦੀ ਸੋ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਪੁਲਿਸ ਕਸਟਡੀ ਹੈ ਕਿੰਨੇ ਕਲਾਕਾਰ ਇੱਥੇ ਪਹੁੰਚੇ ਨੇ ਹਰ ਇੱਕ ਅੱਖ ਉਹ ਰੋਈ ਹੈ ਜਿਹੜੀ ਸੂਰਾਂ ਦੇ ਪਾਤਸ਼ਾਹ ਸਰਦੂਲ ਸਿਕੰਦਰ ਜੀ ਨੂੰ ਪਿਆਰ ਕਰਦੀ ਹੈ ਸੋ ਸਾਰੀ ਤੁਸੀਂ ਪਬਲਿਕ ਦਿਖਾ ਸਕਦੇ ਹੋ ਕਿੰਨੀ ਜ਼ਿਆਦਾ ਪਬਲਿਕ ਇੱਥੇ ਇਕੱਠੀ ਹੋਈ ਹੈ ਇਕੱਠ ਸਾਂਭਿਆ ਨਹੀਂ ਜਾ ਰਿਹਾ ਇੰਨਾ ਜ਼ਿਆਦਾ ਇਕੱਠ ਹੈ ਇੱਕ ਤਰ੍ਹਾਂ ਦਾ ਮੇਲਾ ਅੱਜ ਵੇਖਣ ਨੂੰ ਮਿਲ ਰਿਹਾ ਹੈ ਜੀ ਖੇੜੀ ਨੌਧ ਸਿੰਘ ਪਿੰਡ ਵਿਖੇ ਅਮਰ ਕਰ ਦਿੱਤਾ ਇਹਨਾਂ ਨੇ ਖੇੜੀ ਨੌਧ ਸਿੰਘ ਪਿੰਡ ਨੂੰ ਆਪਣੇ ਪਿੰਡ ਨੂੰ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਜੀ ਨੂੰ ਸੋ ਦੁਆ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਸੱਚਖੰਡ ਵਿੱਚ ਵਿਰਾਜੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਹਰ ਇੱਕ ਕਲਾਕਾਰ ਆਪਣੀ ਸ਼ਰਧਾਂਜਲੀ ਲੈ ਕੇ ਪਹੁੰਚ ਗਏ ਮੱਟ ਸ਼ੇਰੋਂ ਵਾਲਾ ਉਹ ਵੀ ਆਏ ਨੇ ਦੋ ਸ਼ਬਦ ਸ਼ਰਧਾਂਜਲੀ ਦੇ ਲਈ ਹਾਂਜੀ ਬਿਲਕੁਲ ਬੜਾ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪਿਆ ਜੀ ਮੈਂ ਛੋਟਾ ਜਿਹਾ ਗੀਤਕਾਰ ਹਾਂ ਮੈਂ ਤਾਂ ਗੀਤ ਰਾਹੀਂ ਕਹਿ ਸਕਦਾ ਕਿ ਸੁਰ ਬੈਠੇ ਨੇ ਉਦਾਸ ਮੂਹਰੇ ਦੇਖ ਤੇਰੀ ਲਾਸ ਸੁਰ ਬੈਠੇ ਨੇ ਉਦਾਸ ਮੂਹਰੇ ਵੇਖ ਤੇਰੀ ਲਾਸ ਜਿਹੜੇ ਆਹ ਬੁੱਤ ਬਣੇ ਬੈਠੇ ਨੇ ਇਹਨਾਂ ਸਰੀਰਾਂ ਦਾ ਵਾਸਤਾ ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ ਬੋਲਦਾ ਕਿਉਂ ਨਹੀਂ ਸਰਦੂਲਿਆ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ ਰੰਗ ਦਿਆ ਕਾਲਿਆ ਤੂੰ ਕਾਲੀ ਕੀਤੀ ਆ ਕਾਲੀ ਵੀ ਤੇ ਥੋੜ੍ਹੀ ਨਹੀਂ ਉਹ ਬਾਹਲੀ ਕੀਤੀ ਆ ਆਹ ਜਿਹੜੇ ਰੱਬ ਵਾਂਗੂ ਤੈਨੂੰ ਮੰਨਦੇ ਸੀ ਇਹਨਾਂ ਭੈਣਾਂ ਵੀਰਾਂ ਦਾ ਵਾਸਤਾ ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ ਇਹ ਢੋਲ ਤੁੰਬੀ ਬਾਜੇ ਗਿਟਾਰ ਵੇਖ ਲੈ ਤੈਨੂੰ ਸਾਜ਼ ਸਾਰੇ ਰੋ ਰੋ ਕੇ ਰਹੇ ਵਾਜਾਂ ਮਾਰ ਦੇਖ ਲੈ ਜਿਹੜੇ ਰੱਬ ਵਾਂਗੂ ਤੈਨੂੰ ਮੰਨਦੇ ਆ ਸਰੋਤੇ ਅਤੇ ਭੈਣਾਂ ਵੀਰਾਂ ਦਾ ਵਾਸਤਾ ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਡਿੱਗਦੇ ਨੀਰਾਂ ਦਾ ਵਾਸਤਾ ਐਡਾ ਉੱਚਾ ਇਨਸਾਨ ਹੋ ਕੇ ਐਡਾ ਨਾਮਵਰ ਇਨਸਾਨ ਹੋ ਕੇ ਇੱਕ ਜ਼ਮੀਨ ਨਾਲ ਜੁੜੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਅੱਜ ਕੱਲ੍ਹ ਕਲਾਕਾਰਾਂ ਦਾ ਇੱਕ ਗਾਣਾ ਚੱਲਦਾ ਹੈ ਉਹ ਜ਼ਮੀਨ ਸੜ ਦਿੰਦਾ ਹੁੰਦਾ ਅਤੇ ਸੁਰਾਂ ਦਾ ਸਿਕੰਦਰ ਸਮੁੰਦਰ ਉਹ ਰੱਬ ਉਹ ਸਾਡਾ ਹੀਰੋ ਜਿਹੜਾ ਅੱਜ ਸਾਡੇ 'ਚ ਨਹੀਂ ਰਿਹਾ ਪਰ ਹਮੇਸ਼ਾ ਉਹਨਾਂ ਦੇ ਗਾਣੇ ਉਹਨਾਂ ਦਾ ਭੋਲਾਪਣ ਉਹਨਾਂ ਦੀਆਂ ਆਦਤਾਂ ਸਾਡੇ 'ਚ ਹਮੇਸ਼ਾ ਰਹਿਣਗੀਆਂ ਅਤੇ ਇਨਸਾਨ ਚੰਗਾ ਹੋਣਾ ਚਾਹੀਦਾ ਇਨਸਾਨ ਬਹੁਤ ਵਧੀਆ ਸੀਗੇ ਗਾਉਂਦੇ ਤਾਂ ਵਾਕਮਾਲ ਹੈਗੀ ਸੀ ਇਹਦੇ 'ਚ ਕੋਈ ਦੋ ਰਹਿ ਨਹੀਂ ਪਰ ਇਨਸਾਨ ਬਹੁਤ ਵਧੀਆ ਸੀ ਜਿਹੜੇ ਬੰਦੇ ਚੰਗੇ ਹੁੰਦੇ ਨੇ ਸਾਡੀ ਤਾਂ ਹਮੇਸ਼ਾ ਉਹਨਾਂ ਨਾਲ ਬਣਦੀ ਹੈ ਇਹ ਮੈਟਰ ਨਹੀਂ ਕਰਦਾ ਹੁੰਦਾ ਕਿ ਤੁਸੀਂ ਕਿਹੜੇ ਰੈਂਕ 'ਤੇ ਹੋ ਕਿਹੜੀ ਕੁਰਸੀ 'ਤੇ ਹੋ ਤੁਸੀਂ ਕੌਣ ਹੋ ਪਰ ਇਹ ਮੈਟਰ ਕਰਦਾ ਹੁੰਦਾ ਕਿ ਚੰਗਾ ਲਿਖਣਾ ਸੋਹਣਾ ਗਾਉਣਾ ਉੱਚਾ ਉਹਦਾ ਨਾਂ ਚਮਕਾਉਣਾ ਇਹ ਗੱਲ ਮਾਇਨਾ ਨਹੀਂ ਰੱਖਦੀ ਜੇ ਬੰਦਾ ਬੰਦਾ ਹੈ ਨਹੀਂ ਚੰਗਾ ਉਹਦੇ ਨਾਲ ਖੜਕੂਆ ਡੰਡਾ ਸਾਡੀ ਨਿਭ ਨਹੀਂ ਸਕਦੀ ਜੇ ਕੋਈ ਮਹਿਲਾਂ ਵਿੱਚ ਬੁਲਾ ਕੇ ਰੱਖੇ ਪੈਰਾਂ ਵਿੱਚ ਬਿਠਾ ਕੇ ਉਹ ਤੋਂ ਝੁੱਗੀਆਂ ਚੰਗੀਆਂ ਨੇ ਤੋਤਾ ਵੇਸਕ ਮਿੱਠਾ ਬੋਲੇ ਜੇ ਉਹਦੀ ਚੁੰਝ ਗੰਦ ਫਰੋਲੇ ਉਹ ਤੋਂ ਘੁੱਗੀਆਂ ਚੰਗੀਆਂ ਨੇ ਗੋਰੇ ਰੰਗ ਨੂੰ ਦੱਸ ਕੀ ਚੱਟਣਾ ਰੰਗ ਦੇ ਵੇਸਕ ਕਾਲੇ ਸੀ ਪਰ ਦਿਲ ਦੇ ਸਾਫ਼ ਬਹੁਤ ਸੀਗੇ ਸਾਡੇ ਸਰਦੂਲ ਭਾਅ ਜੀ ਕਿ ਗੋਰੇ ਰੰਗ ਨੂੰ ਦੱਸ ਕੀ ਚੱਟਣਾ ਜੇ ਵਿੱਚ ਹੋਵੇ ਕੱਖ ਨਾ ਸੋਹਣੀ ਸੂਰਤ ਨਹੀਂ ਜੱਚਦੀ ਜੇ ਬੰਦਾ ਬੰਦਾ ਹੈ ਨਹੀਂ ਚੰਗਾ ਉਹਦੇ ਨਾਲ ਖੜਕੋ ਡੰਡਾ ਸਾਡੀ ਨਿਭ ਨਹੀਂ ਸਕਦੀ ਚੰਗਾ ਲਿਖਣਾ ਸੋਹਣਾ ਗਾਉਣਾ ਉੱਚਾ ਉਹਦਾ ਨਾਂ ਚਮਕਾਉਣਾ ਇਹ ਗੱਲ ਮਾਇਨਾ ਨਹੀਂ ਰੱਖਦੀ ਚੰਗਾ ਲਿਖਣ ਗਾਉਣ ਵਾਲੇ ਬਹੁਤ ਨੇ ਪਰ ਇਹੋ ਜਿਹੇ ਇਨਸਾਨ ਮੈਂ ਕਹਿੰਦਾ ਕਿ ਮੈਂ ਸਲੂਟ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਮਰ ਨੂਰੀ ਭੈਣ ਅਤੇ ਆਪਣੇ ਸਰਦੂਲ ਭਾਅ ਜੀ ਦੀ ਜੋੜੀ ਨੂੰ ਮੈਂ ਸਲੂਟ ਕਰਦਾ ਕਿ ਇੱਕ ਦੂਜੇ ਨਾਲ ਇੰਨਾ ਪਿਆਰ ਨਹੀਂ ਤਾਂ 90% ਤਲਾਕਾਂ ਦੇ ਕੇਸ ਚੱਲਦੇ ਅੱਜ ਕੱਲ੍ਹ ਕੋਰਟਾਂ ਦੇ ਵਿੱਚ ਗੁਜ਼ਰੇ ਸਮੇਂ 'ਚ ਪਤਾ ਲੱਗਿਆ ਕਿ ਨੂਰੀ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਡੋਨਰ ਨਹੀਂ ਲਿਆ ਆਪ ਡੋਨੇਟ ਕੀਤੀ ਉਹਨਾਂ ਦਾ ਜਿਹੜੀ ਉਹਨਾਂ ਦੀ ਨਿਮਰਤਾ ਸੀਗੀ ਉਹਨਾਂ ਦਾ ਸਾਦਾਪਣ ਵਾਕਮਾਲ ਸੀਗਾ ਅਤੇ ਅੱਜ ਸਾਡੇ ਕੋਲ ਸ਼ਬਦ ਨਹੀਂ ਮੈਂ ਸਭ ਤੋਂ ਵੱਡੀ ਮੈਨੂੰ ਸਭ ਤੋਂ ਜੇ ਮੈਨੂੰ ਗਿਲਟੀ ਮਹਿਸੂਸ ਹੁੰਦੀ ਹੈ ਜਾਂ ਮੈਨੂੰ ਪਛਤਾਵਾ ਇਸ ਗੱਲ ਦਾ ਕਿ ਮੈਂ ਸਰਦੂਲ ਭਾਅ ਜੀ ਨੂੰ ਮਿਲ ਨਹੀਂ ਸਕਿਆ ਫੋਨ 'ਤੇ ਮੇਰੀ ਬਹੁਤ ਵਾਰ ਗੱਲ ਹੋਈ ਹੈ ਆਪਾਂ ਤਾਂ ਕੁਦਰਤ ਨੂੰ ਇਹੀ ਕਹਾਂਗੇ ਕਿ ਪਰਮਾਤਮਾ ਆਪਣੇ ਚਰਨਾਂ 'ਚ ਰੱਬ ਨੂੰ ਵੀ ਚੰਗੇ ਲੋਕਾਂ ਦੀ ਬਿਲਕੁਲ ਜੀ ਉੱਥੇ ਵੀ ਉਹਨਾਂ ਨੇ ਜਾ ਕੇ ਮਹਿਫਲਾਂ ਲਾਉਣੀਆਂ ਨੇ ਸੋ ਸ਼ੇਰੋਵਾਲਾ ਮੱਟ ਜੀ ਆਪਣੇ ਬੋਲਾਂ ਦੇ ਰਾਹੀਂ ਇੰਨੇ ਵਧੀਆ ਬੋਲ ਲਿਖਦੇ ਨੇ ਅਤੇ ਕਿੰਨੇ ਸੋਹਣੇ ਬੋਲ ਉਹਨਾਂ ਨੇ ਸਰਦੂਲ ਸਿਕੰਦਰ ਜੀ ਨੂੰ ਦਿੱਤੇ ਨੇ ਕਿ ਰੰਗ ਦੇ ਚਾਹੇ ਕਾਲੇ ਸੀ ਪਰ ਸਾਡੀ ਰੂਹ ਜਿਹੜੀ ਹੈ ਰੂਹ ਸੋਹਣੀ ਹੋਣੀ ਚਾਹੀਦੀ ਹੈ ਅਤੇ ਰੱਬ ਨੂੰ ਵੀ ਚੰਗੇ ਲੋਕਾਂ ਦੀ ਲੋੜ ਹੈ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹ ਧੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ